ਲੰਬੀ ਉਡੀਕ ਤੋਂ ਬਾਅਦ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਜਿੱਥੇ ਹੁੰਮਸ ਤੋਂ ਲੋਕ ਪਰੇਸ਼ਾਨ ਸਨ। ਗਰਮੀ ਦੇ ਸਤਾਏ ਹੋਏ ਸਨ ਤੇ ਮੀਂਹ ਦੀ ਉਡੀਕ ਕਰ ਰਹੇ ਸਨ, ਤਾਂ ਮੀਂਹ ਹੁਣ ਪੈਣਾ ਸ਼ੁਰੂ ਹੋ ਗਿਆ ਹੈ। ਤਸਵੀਰਾਂ ਚੰਡੀਗੜ੍ਹ ਤੋਂ ਵੀ ਸਾਹਮਣੇ ਆਈਆਂ ਨੇ। ਚੰਡੀਗੜ੍ਹ ਦੇ ਵਿੱਚ ਜਿੱਥੇ ਕਈ ਦਿਨਾਂ ਤੋਂ ਲੋਕ ਜਿਹੜੇ ਆ ਹੁੰਮਸ ਤੋਂ ਪਰੇਸ਼ਾਨ ਸੀ, ਗਰਮੀ ਦੇ ਸਤਾਏ ਹੋਏ ਸਨ, ਤਾਂ ਹੁਣ ਨਿਜਾਤ ਮਿਲੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੈਣ ਲੱਗ ਗਿਆ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ ਸਣੇ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਹੜਾ ਵਰਗਾ ਖਤਰਾ ਵੀ ਬਣਿਆ ਰਹੇਗਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ 14 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ, ਕਿਉਂਕਿ ਮੌਨਸੂਨ ਹੁਣ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ। ਲੁਧਿਆਣਾ, ਰਾਜਪੁਰਾ ਤੱਕ ਮੌਨਸੂਨ ਪਹੁੰਚ ਚੁੱਕਿਆ ਹੈ, ਜਿਸ ਦਾ ਅਸਰ ਵੀ ਦੇਖਣ ਨੂੰ ਮਿਲੇਗਾ ਅਗਲੇ 2 ਦਿਨਾਂ ਦੇ ਵਿੱਚ। ਇੱਥੇ ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਪਵੇਗਾ, ਕਈ ਥਾਵਾਂ ਤੇ ਹੜਾਂ ਵਰਗਾ ਖਤਰਾ ਵੀ ਰਹੇਗਾ। ਸੋ ਨਦੀਆਂ ਤੇ ਦਰਿਆਵਾਂ ਦੇ ਕੋਲ ਜਿਹੜੇ ਲੋਕ ਰਹਿੰਦੇ ਨੇ, ਉਹਨਾਂ ਦੇ ਲਈ ਅਨਾਊਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ। ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵੀ 7 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ। ਇਸੇ ਤਰ੍ਹਾਂ ਹਿਮਾਚਲ ਦੇ ਵੀ 5 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਵਾਲਾ, ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ, ਚੇਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਅਹਤਿਆਤ ਵਰਤਣ ਲਈ ਕਿਹਾ ਗਿਆ ਹੈ। ਨਾਲ ਹੀ ਉਧਰ ਪ੍ਰਸ਼ਾਸਨ ਵੀ ਜਿਹੜੇ ਨੇ ਸਤਰਕ ਹੋ ਚੁੱਕੇ ਨੇ, ਕਿਉਂਕਿ ਇੱਥੇ ਜਿੱਥੇ ਦਰਿਆ ਨੇ, ਨਦੀਆਂ ਨੇ, ਨਾਲੇ ਨੇ, ਤਾਂ ਉਹਨਾਂ ਦੇ ਨਾਲ ਲੱਗਦੇ ਘਰ ਨੇ, ਉਹਨਾਂ ਨੂੰ ਜ਼ਰੂਰ ਚੇਤਾਵਨੀ ਦਿੱਤੀ ਜਾ ਰਹੀ ਹੈ। ਅਨਾਊਂਸਮੈਂਟ ਹੋ ਰਹੀ ਹੈ ਇਲਾਕਿਆਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਵਾਲਾ ਹੈ। ਆਪੋ ਆਪਣੇ ਸਮਾਨ ਦੀ, ਆਪੋ ਆਪਣੇ ਘਰਾਂ ਦੀ ਜਿਹੜੀ ਹੈ ਉਹ ਅਹਿਤਿਆਤ ਵਰਤਨ ਹਿਫਾਜ਼ਤ ਦੇ ਲਈ ਤੇ ਇੱਥੇ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ, ਕਿਉਂਕਿ ਮੌਨਸੂਨ ਜਿਹੜਾ ਹੈ ਪੰਜਾਬ 'ਚ ਦਸਤਕ ਦੇ ਚੁੱਕਿਆ ਹੈ। ਸੋ ਕਈ ਥਾਵਾਂ 'ਤੇ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜਿੱਥੇ ਭਾਰੀ ਮੀਂਹ ਨੇ ਪਹਿਲਾਂ ਹੀ ਤਬਾਹੀ ਮਚਾ ਦਿੱਤੀ ਹੈ। ਮੌਨਸੂਨ ਆਉਣ ਤੋਂ ਪਹਿਲਾਂ ਹੀ ਜਿਹੜਾ ਮੀਂਹ ਪਿਆ ਆ ਉਸਨੇ ਸੜਕਾਂ ਨੂੰ ਜਲ ਥਲ ਕਰਤਾ ਆ, ਗੋਡੇ ਗੋਡੇ ਪਾਣੀ ਖੜ ਗਿਆ, ਲੋਕਾਂ ਦੇ ਘਰਾਂ 'ਚ ਵੀ ਪਾਣੀ ਵੜਿਆ ਹੋਇਆ ਹੈ। ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਾਂ ਹੁਣ ਤਾਂ ਮੌਨਸੂਨ ਨੇ ਵੀ ਦਸਤਕ ਦੇ ਦਿੱਤੀ ਹੈ ਤੇ ਇਸ ਦੇ ਨਾਲ ਜਿਹੜਾ ਮੌਸਮ ਵਿਭਾਗ ਆ ਉਹਦਾ ਮੰਨਣਾ ਹੈ ਕਿ ਭਾਰੀ ਮੀਂਹ ਪੈਣ ਵਾਲਾ ਹੈ। ਪੰਜਾਬ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਹੋਈ ਹੈ ਕਿ ਭਾਰੀ ਮੀਂਹ ਪਏਗਾ ਤੇ ਹੜਾਂ ਦਾ ਖਤਰਾ ਵੀ ਇੱਥੇ ਬਣ ਰਿਹਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਹਿਤਿਆਤ ਵਰਤਣ ਲਈ ਕਿਹਾ ਹੈ, ਸਤਰਕ ਰਹਿਣ ਲਈ ਕਿਹਾ ਹੈ, ਚੌਕਸ ਰਹਿਣ ਲਈ ਕਿਹਾ ਹੈ। ਪ੍ਰਸ਼ਾਸਨ ਜਿਹੜੇ ਨੇ ਅਲਰਟ ਹੋ ਚੁੱਕੇ ਨੇ, ਉਹ ਵੀ ਆਪੋ ਆਪਣੇ ਬੰਦੋਬਸਤ ਕਰ ਰਹੇ ਨੇ ਕਿ ਇਹਨਾਂ ਹੜਾਂ ਦੇ ਨਾਲ ਜਾਂ ਇੱਦਾਂ ਦੀ ਸਥਿਤੀ ਬਣਦੀ ਹੈ ਤਾਂ ਕਿਸ ਤਰ੍ਹਾਂ ਨਜਿੱਠਿਆ ਜਾਏਗਾ। ਸੋ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਹੁਣ ਤੱਕ ਮੀਂਹ ਦੇ ਨਾਲ ਤਬਾਹੀ ਮੱਚੀ ਹੈ, ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਤੇ ਪਾਣੀ ਭਰਨ ਦੇ ਨਾਲ ਇੱਥੇ ਲੋਕ ਜ਼ਰੂਰ ਮੁਹਾਲ ਹੋਏ, ਕਿਉਂਕਿ ਉਹਨਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ, ਗੱਡੀਆਂ ਜਿਹੜੀਆਂ ਸੜਕਾਂ ਤੇ ਬੰਦ ਪੈ ਗਈਆਂ, ਇਸ ਕਦਰ ਮੀਂਹ ਪਿਆ ਹੈ ਕਈ ਥਾਵਾਂ ਤੇ। ਤਾਂ ਹੁਣ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਹੈ। ਜਿਨ੍ਹਾਂ ਲੋਕਾਂ ਨੂੰ ਮੀਂਹ ਦੀ ਉਡੀਕ ਸੀ ਤਾਂ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ, ਪਰ ਜਲਦ ਹੀ ਕਿਹਾ ਜਾ ਰਿਹਾ ਕਿ ਇਹ ਮੀਂਹ ਜਿਹੜਾ ਆ ਮੁਸੀਬਤ ਵੀ ਬਣ ਸਕਦਾ ਹੈ। ਲਗਾਤਾਰ ਪਿਆ ਮੀਂਹ, ਪਾਣੀ ਵੀ ਇਕੱਠਾ ਹੋਏਗਾ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਏਗਾ, ਹੜ੍ਹਾਂ ਦਾ ਖਤਰਾ ਵੀ ਇੱਥੇ ਦੱਸਿਆ ਜਾ ਰਿਹਾ ਹੈ।